ਸ਼ੀਰਗਰ ਦੀ ਸੰਡੇ ਮਾਰਕੀਟ 'ਚ ਹੋਏ ਇੱਕ ਗ੍ਰਨੇਡ ਅਮਲੇ 'ਚ 12 ਨਾਗਰਿਕ ਹੋਏ ਜ਼ਖਮੀ। ਮਕਮਤੂਬ ਮੁਹੰਮਦ ਉਮਰ ਅਬਦੁੱਲ ਰਹਾ ਅੱਖਿਆ ਜੇ ਵਿਦੇਸ਼ੀ ਨਾਗਰਿਕੀ 'ਕ ਨਿਸ਼ਾਨਾ ਬਣਾਉਣੇ ਦਾ ਕੋਈ ਤਰਕ ਨਹੀਂ ਹੈ। ਉਹਨੇ ਸੁਰੱਖਿਆ ਤੰਤਰ ਕੀ ਤੌਲੇ ਸ਼ਾ ਤੌਲੇ ਇਹ ਅਮਲੇ ਰੋਕਣ ਦਾ ਕੀਤਾ ਆਹਵਾਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰੇ ਪਾਰ ਦੇ ਸਮਰਪਿਤ ਨਵੇਂ ਯਤਨ ਦੇ ਨਤੀਜੇ ਕਰੀ ਥਪੇਦਿਕ ਦੇ ਮਰੀਜ਼ੇ ਚ ਆਏ ਦੀ ਕਮੀ ਦੀ ਕੀਤੀ ਸਰਾਨਾ ਤੇ ਉਪ ਰਾਜਪਾਲ ਮਨੋਸ਼ ਸ਼ਿਨਾ ਹੋਰੇ ਵਿਕਸਿਤ ਪਾਰ 2047 ਦਾ ਸੁਖਨਾ ਸਾਕਾਰ ਕਰਨਿਆਸਤਾ ਹੈ ਸਮਾਵੇਸ਼ੀ ਤੇ ਉન્નਤਸ਼ੀਲ ਸਮਾਜ ਦੇ ਗਠਨ ਤਾਈਂ ਸਮਰਪਣ ਕਰਨੇ ਕੰਮ ਕਰਨਿਆਸਤਾ ਨੌਜਵਾਨੇ ਦਾ ਕੀਤਾ ਆਹਵਾਨ ਨਮਸਕਾਰ ਡੋਗਰੀ ਖਬਰਾਂ ਦੇ ਬੁਲੇਟਿਨ ਤੁੰਦਾ ਸਵਾਗਤ ਹੈ ਤੇ ਹੁਣ ਪੇਸ਼ ਖਬਰਾਂ ਦਾ ਵਿਸਤਾਰ ਕਰਨਾ ਹੈ। ਸ਼੍ਰੀਨਗਰ ਦੀ ਸੰਡੇ ਮਾਰਕੀਟ ਦੇ ਕੋਲ ਅੱਜ ਇੱਕ ਗਨੈਡਾ ਮਲੇ ਚ 12 ਲੋਕ ਜ਼ਖਮੀ ਹੋਏ ਗੇ ਨੇ। ਦਸੇ ਜ਼ਖਮੀਂ ਕੀ ਐਸ ਐਮ ਐਚ ਐਸ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਦੀ ਹਾਲਤ ਸਥਿਰ ਦੱਸੀ ਗਈ ਹੈ। ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਆਖਿਆ ਜੇ ਪਿਛਲੇ ਕੁਝ ਦਿਨਾਂ ਦੌਰਾਨ ਕਾਟੀ ਦੇ ਕਿਸੇ ਹਿੱਸੇ 'ਚ ਅਮਲੇ ਤੇ ਟਾਕਰੇ ਦੀਆਂ ਸੁਰਖੀਆਂ ਬਣੀਆਂ। ਇੱਕ ਸੋਸ਼ਲ ਮੀਡੀਆ ਪੋਸਟ 'ਚ ਉਹਨੇ ਆਖਿਆ ਜੇ ਸ਼ੇਰ ਨਗਰ ਦੀ ਸੰਡੇ ਮਾਰਕੀਟ 'ਚ ਬੇਦੋਸਤ ਦੁਕਾਨਦਾਰਾਂ 'ਤੇ ਗਰਨੇਡ ਅਮਲੇ ਦੀ ਖਬਰ ਬੜੀ ਦੁੱਖ ਦੇਣ ਵਾਲੀ ਹੈ। ਉਹਨੇ ਆਖਿਆ ਜੇ ਬੇਕਸੂਰ ਨਾਗਰਿਕਾਂ 'ਗੀ ਨਿਸ਼ਾਨਾ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਤੇ ਸੁਰੱਖਿਆ ਤੰਤਰ ਕੀ ਤੌਲੇ ਸ਼ਾ ਤੌਲੇ ਇਹਨੇ ਅਮਲੇ ਦੀ ਰੋਕਣੇ ਹਸਤੇ ਹਰ ਸੰਭਵ ਉਪਾਅ ਕਰਨੇ ਲੋੜ ਚ ਦੇਣ ਤਾਂ ਜੇ ਲੋਕ ਬਿਜਨ ਡਰਤਰਾ ਦੇ ਆਪਣਾ ਜੀਨ ਜੀ ਸਕਣ। ਕਸ਼ਮੀਰ ਕਾ ਟੀਜ ਕੱਲ ਦੋਂ ਬਖ ਬਖ ਟਾਕਰੇ ਚ ਤਰੇ ਅਤਕਵਾਦੀ ਮਾਰੇ ਗਏ ਇਨੇ ਇਲਾਕੇ ਚ ਅਤਕਵਾਦੀ ਦੀ ਮੌਜੂਦਗੀ ਬਾਰ ਹੈ ਟਕੋਦੀ ਸੂਤ ਹੋਣੇ ਪਰ ਸੁਰੱਖਿਆ ਬਲੇ ਦੀ ਸਾਂਝੀ ਕਾਰਵਾਈ ਚ ਕੇਰਾ ਪਈ ਹੈ ਤਲਾਸ਼ੀ ਅਭਿਆਨ ਚਲਾਏ ਗਏ ਇੰਦੇ ਮਗਰਾਂ ਪਖੇ ਦੇ ਟਾਕਰੇ ਚ ਤਰਾਂ ਅਤਕਵਾਦੀ ਕੀ ਮਾਰੀ ਦਿੱਤਾ ਗਿਆ ਕਸ਼ਮੀਰ ਦੇ ਆਈਜੀਪੀ ਵੀਕੇ ਵਰਦੀਓਰੇ ਇਸ ਗੱਲ ਦੀ ਤਸਦੀਕ ਕੀਤੀ ਜੇ ਸ਼ਿਨਗਰ ਦੇ ਖਾਨਿਆਰ ਇਲਾਕੇ ਚੋ ਦੇ ਟਾਕਰੇ ਚ ਪਾਕਿਸਤਾਨ ਦਾ ਰੌਣੇ ਵਾਲਾ ਸਿਰੇ ਦਾ ਲਸ਼ਕਰ ਕਮਾਂਡਰ ਉਸਮਾਨ ਉਰਫ ਛੋਟਾ ਵਲੀਦ ਮਾਰਿਆ ਗਿਆ ਇਹ ਅਤੰਕਵਾਦੀ ਲੰਬੇ ਚਿਰਾਂ ਤੋਂ ਹਮਾਤ ਸક્રિય ਹਾ ਤੇ ਕਸ਼ਮੀਰ ਵਿਚ ਘਾਟੀ ਜੇ ਨੇਕਾ ਅਤੰਕਵਾਦੀ ਵਾਰਦਾਤਾਂ ਦੇ ਸ਼ਾਮਲ ਹਾ ਟੱਕਰੇ ਦੌਰਾਨ ਦੋ ਪੁਲਿਸ ਕਰਮੀ ਤੇ CRPF ਦੇ ਦੋ ਜਵਾਨ ਜ਼ਖਮੀ ਹੋਏ ਨੇ ਵਿਰਦਿਓ ਨੇ ਦੱਸਿਆ ਜੇ ਅਨੰਤਨਾਗ ਜ਼ਿਲ੍ਹੇ ਦੇ ਲਾਰਨੂ ਕੋਕਰਨਾਗ ਟੱਕਰੇ ਚ ਕੱਲ ਸੁਰੱਖਿਆ ਬਲੇ ਦੋਂ ਅਤੰਕਵਾਦੀ ਦੀ ਮਾਰੀ ਟਕਾਇਆ ਇਸ ਸਬੰਧ ਅਜ ਕਮਾਂਡਰ ਦੋ ਸੈਕਟਰ RR ਦੇ ਬ੍ਰਿਗੇਡੀਅਰ ਅਨਿਰੁੱਧ ਚੋਹਾਨ ਤੇ ਦਖਣੀ ਕਸ਼ਮੀਰ ਦੇ DIG ਜਾਵੀਦ ਅਹਿਮਦ ਮੱਟੂਰੇ ਇੱਕ ਪ੍ਰੈਸ ਕਾਨਫਰੰਸ ਕਰੀ ਜਾਣਕਾਰੀ ਦਿੱਤੀ ਰੱਖਿਆ ਮੰਤਰੀ ਰਾਜਨਾ ਸਿੰਘ ਨੇ ਆਖਿਆ ਜੇ ਭਾਰਤ ਦੀ ਆਤਮ ਨਿਰਭਰ ਮੁਹਿੰਮ ਦੇ ਸਕਾਰਾਤਮਕ ਨਤੀਜੇ ਆਵਾ ਕਰਦੇ ਨੇ ਤੇ 2023 ਤੀ ਤੋੜੀ ਭਾਰਤ ਦੇ 50000 ਕਰੋੜ ਰੁਪਏ ਦੇ ਰੱਖਿਆ ਨਿਰਯਾਤ ਦਾ ਲਕਸ਼ ਹਾਸਲ ਕਰ ਲਿਆ ਹੈ ਕੱਗ ਕੱਲ ਕਾਂਪੂਰ ਚ ਪੈਡਵਿ ਸਥਾਪਨਾ ਦਿਵਸ ਸਮਾਰੋਹ ਗੀ ਸੰਬੋਧਿਤ ਕਰਦੀ ਹੋਈ ਉਹਨੇ ਜੁਆਏਗੀ ਸਵਦੇਸ਼ੀ ਆਧੁਨਿਕ ਟੈਕਨਾਲੋਜੀ ਵਿਕਸਿਤ ਕਰਨੇ ਦਾ ਆਵਾਣ ਕੀਤਾ ਜਿਹੜੀ ਰਾਸ਼ਟਰ ਭਾਰਤਵਾ ਹਾਸਲ ਕਰਾ ਕਰਦਾ ਹੈ ਤਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਸਿਤ ਭਾਰਤ ਦਾ ਸੁਖਣਾ ਸਾਕਾਰ ਹੋਈ ਸਕੇ ਹੈ ਸੈਨਾ ਨੇ ਉਸੋ ਪੈਡ ਜਾਂ ਜਿਆਦਾ ਧਿਆੜਾ ਮੇਂਡਰ ਚ ਸਮਰਿਕ ਮਹੱਤਵ ਵਾਲੀ ਓਪੀ ਹਿਲ ਗਈ ਹਾਸਲ ਕਰਨੇ ਆਸਤੇ ਪਾਕਿਸਤਾਨੀ ਸੈਨਿਕਾਂ ਕੰਨ ਜ਼ਬਰਦਸਤ ਲੜਾਈ ਲੜਦੇ ਹੋਈ ਸ਼ਹੀਦ ਹੋਏ ਦੇ ਸੈਨਿਕਾਂ ਦੀ ਸ਼ਰਧਾਂਜਲੀ ਦਿੱਤੀ ਕੈਪਟਨ ਗੌਤਮ ਮੋਬਾਈਓ ਨੇ ਸੌ ਥਮਾ ਮਤੇ ਬਾਦ ਸੈਨਿਕਾਂ ਕੰਨ ਇਸ ਲੜਾਈ ਚ ਆਪਣੀ ਜਿੰਦੂ ਦਾ ਬਲਿਦਾਨ ਦਿੱਤਾ ਹਾ ਤੇ ਇਹਦੇ ਆਸਤੇ ਉਹਨੇ ਕਿ ਪੰਜ ਮਹਾਵੀਰ ਚੱਕਰ ਤੇ ਵੀਰ ਚੱਕਰ 13 ਸੈਨਾ ਮੈਡਲ ਤੇ 11 ਚੀਫ ਆਫ ਆਰਮੀ ਸਟਾਫ ਪ੍ਰਸ਼ਸਤੀ ਪੱਤਰ ਦਿੱਤੇ ਗਏ ਕ੍ਰਿਸ਼ਨਾ ਕਾਟੀ ਬ੍ਰਿਗੇਡ ਦੀ ਅਗਵਾਈ ਚ ਅੱਜ ਨੇ ਬਾਦਰ ਸੈਨਿਕਾਂ ਦੀ ਸ਼ਰਧਾਂਜਲੀ ਭੇਟ ਕੀਤੀ ਗਈ फोर्सिस को बधाई देता हूं क्योंकि आज ऑपरेशन ओ पी हिल्स की जो है वो एनिवर्सरी है 1965 की जब वार हुई थी कैप्टन गौतम मोब्बई अलॉग विद हंड्रेड सोल्जर उनके साथ सौ सोल्जर्स थे उनकी कंपनी थी उन्होंने दावा बोलकर ये स्ट्रेटजिक हिल्स जो ओ पी हिल्स हैं उसको कंकर किया था जो आज भी हमारे पास हैं और ये बहुत एक स्ट्रेटजिक लोकेशन थी टू गेट अपर हैंड अपॉन द एनिमीज़ प्रधानमंत्री नरेंद्र मोदी और अख्या तपेदिक के मरीजों की कमी भारत के समर्पित नमें उपा करने का नतीजा है मुल्ख की प्रगति की प्रशंसा करते हुए मोदी और एक सोशल मीडिया पोस्ट आख्या जत्ने सरकार तपेदिक मुक्त भारत काम कर रह विश्व सेहत संगठन मुजब भारत चो हजार पंद्रह दो हजार त्रई तोड़ तपेदिक के मरीजों चतारा अशारिया सत प्रतिशत की कमी दर्ज की गई है यह प्रतिशत विश्व की दर थ दूना है भाजपा के नेता सत शर्मा होने जम्मू कश्मीर भाजपा का अध्यक्ष नियुक्त करने जेपी नड्डा हुता धनवाद किया है उन्होंने रविंद्र रैना हुरी थार पार्टी की बागडोर सौंपी गई है जिड़े नौशहरा असैंबली चुनाव हारी गए तुं तो रविंदर रैना हो भारतीय जनता पार्टी के राष्ट्रीय कार्यकारी सदस्य के रूप में नवी भूमिका सौंपी गई है होने के नाते और श्रेष्ठ हमारा जो नेतृत्व है उनका एक्सपीरियंस को लेकर उनकी सपोर्ट को लेकर आ, हमेशा से कार्य किया है और इस बार भी जो समय हमें मिला है उस समय में हम लोग पार्टी को ऊंचाइयों को तरफ ले जाने का प्रयत्न करेंगे हालांकि भारतीय जनता पार्टी ने पिछले चुनावों में भी इतिहास रचा है आगामी आने वाले समय में भी कैसा आ, मेरे माध्यम से मेरी टीम के माध्यम से और पार्टी के सभी प्रमुख कार्यकर्ताओं के माध्यम से वोटर्स पोटर्स सिमथाइजर्स के माध्यम से और जम्मू कश्मीर की जनता के माध्यम से इन ऊंचाइयों को अगर हम लोग छू सकें मेरा यही प्रयास है बहुत बहुत धन्यवाद भाजपा के सीनियर नेता विधायक सुनील शर्मा हो विपक्ष का नेता चुने गया है पार्टी ने दस नरेंद्र सिंह हो डिप्टी स्पीकर का उम्मीदवार बनाया गया है यह फैसला अंज सं श्रीनगर च पार्टी के सीनियर नेताए तथाई विधायकों की बैठक बैठक लिया गया बैठक मगरा मीडिया का गल करते हुए केंद्रीय मंत्री प्रहलाद जोशी ने नेता प्रतिपक्ष सदन के भारतीय जनता पार्टी के लजिस्लेटिव पार्टी के नेता के रूप में हम सभी सर्वसम्मति से चुना गया है मैं उनको अभिनंदन भी करता हूं और सभी पार्टी एमएलए को मैं दिल से धन्यवाद करता हूं ये बहुत सुचारू रूप से सर्वसम्मति से प्रक्रिया हुआ है उपराज्यपाल मनोज सिन्हा और खासकरी युवाएं विकसित भारत दो हजार संताली लक्ष्य की हासिल करने ले पूरी लगन करने काम करने का आह्वान किया जम्मू कश्मीर राज्यਪ ਬਣਾਸਿਆ ਕੇਰਲ ਛੱਤੀਸਗੜ ਮੱਧ ਪ੍ਰਦੇਸ਼ ਹਰਿਆਣਾ ਪੰਜਾਬ ਕਰਨਾਟਕ ਤਾਮਿਲਨਾਡੂ ਆਂਧਰਾ ਪ੍ਰਦੇਸ਼ ਚੰਡੀਗੜ ਪੁदुਚੇਰੀ ਦਿੱਲੀ ਲਕਸ਼ਦੀਪ ਅੰਡੇਮਾਨ ਤੇ ਨਿਕੋਬਰ ਦੇ ਸਥਾਪਨਾ ਦਿਵਸ ਦੇ ਮੌਕੇ ਪਰ ਇੱਕ ਸੰਸਕ੍ਰਿਤ ਸੰਖਿਆ ਦਾ ਸਿਰਸਟ ਕੀਤਾ ਇਹਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੁਰੱਖਿਆ ਕਰਨੀਏ ਵਿਦਿਆਰਥੀਆਂ ਤੇ ਵਸਨੀਕਾਂ ਕੀ ਇਸ ਮੌਕੇ ਪਰ ਖਾਸ ਨਿਯੋਤਾ ਦਿੱਤਾ ਕਿ ਰਹਾ उपराज्यपाल इस मौके पर बोलते हुए आख्या बिस्तें बाक रियासतें केन्द्र शासित प्रदेशों के दे स्थापना दिवस मनाने का मकसद सड़े राष्ट्र की अनेकता च एकता की परंपरा मनाना है विकास में कर रहे, बल्कि सांस्कृतिक आदान प्रदान के द्वारा भारतवर्ष की गतिशीलता और सृजनात्मकता को भी आगे बढ़ाने में अब भाई दूज यानी टिके का त्यौहार मनाया जा रहा है ਦੀਆਲੀ ਦੇ ਦੋ ਰੋਜ਼ ਮਗਰਾ ਮਨਾਏ ਜਾਣ ਵਾਲੇ ਇਸ ਪਰਵ ਕੰਨਾ ਪੰਜ ਰੋਜ਼ਾ ਸਮਾਰੋਹ ਦਾ ਸਮਾਪਨ ਹੋ ਜਾਂਦਾ ਹੈ ਮੁਲਖਿਆ ਦੇ ਵਕ ਵਕ ਇਸੇ ਚ ਇਸ ਤਿਹਾਰ ਕੀ ਭਾਈ ਫੋਟਾ ਭਉ ਭੀਜ ਭਾਈ ਟਿੱਕਾ ਤੇ ਜਮ ਦੂਤਿਆ ਦੇ ਨਾਕਨੇ ਵੀ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਇਸ ਮੌਕੇ ਪਰ ਦੇਸ਼ ਵਾਸੀ ਨੂੰ ਮੁਬਾਰਕਬਾਦ ਦਿੱਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹ ਨੇ ਮੇਦ ਪ੍ਰਗਟ ਕੀਤੀ ਜਿਸ ਤਿਹਾਰ ਦਾ ਕੰਨਾ ਭੈਣੇ ਤੇ ਭਰਾਏ ਵਿਚਕਾਰ ਆਪਸੀ ਇਰਕ ਪਿਆਰ ਔਰ ਬਧਗ ਪਾਰਟੀ ਦੇ ਰੇਲਪਾਸੇ ਅੱਜ ਦਿੱਲੀ ਐਨਸੀਆਰ ਥਾਵਾ ਮੁਲਖਿਆ ਦੇ ਬਕਬਕ ਇਸੇ ਰਸਤੇ ਲਗਭਗ 20 ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਕਰਦੀਆਂ ਨੇ ਛੱਟ ਪੂਜਾ ਪਰ 2 ਥਾਵਾ 8 ਨਵੰਬਰ ਤੋਂ ਲਈ 145 ਖਾਸ ਰੇਲਗੱਡੀਆਂ ਚਲਾਈਆਂ ਗਈਆਂ ਤਾਂ ਜੋ ਲੋਕਾਂ ਕੀ ਆਉਣੇ ਜਾਣੇ ਸੁਵਿਧਾ ਹੋ ਸਕੇ ਇੰਨਾਂ ਦੇ ਤਿਆਰੇ ਦੇ ਮੌਸਮ ਉਪਰ ਯਾਤਰੀਆਂ ਦੀ ਪੀੜ ਦਿਖਤੀ ਹੋਈ ਰੇਲਵੇ ਪਾਸੇ ਪਹਿਲੀ ਅਕਤੂਬਰ ਥਾਵਾ 3 ਨਵੰਬਰ ਤੋਂ ਲਈ ਲਗਭਗ 7000 ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਕਰਦੀਆਂ 14-24 ਨਵੰਬਰ ਤੋਂ ਲਈ ਚਿੜੀ ਦਾ ਸਾਲਾਨਾ ਮੇਲਾ ਮਨਾਉਣ ਦੇ ਸੱਭਿਆ ਪਰਬੰਧ ਕਰੇ ਲੱਤੇ ਗੇਣ ਇਸ ਮੇਲੇ 'ਚ ਤਕਰੀਬਨ 20 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਸਰਕਾਰ ਦੇ ਵੱਖ-ਵੱਖ ਵਿਭਾਗ ਮੈਂਕ ਪਾਸੇ ਆਪਣੀ ਸਕੀਮੇ ਦੀ ਪ੍ਰਾਵਾ ਦੇਣ ਦਾ ਇਹ ਇੱਕ ਸੁਨਹਿਰਾ ਮੌਕਾ ਹੁੰਦਾ ਹੈ उपमुख्री सुरेंद्र कुमार चौधरी होने कल जम्मू च एक बैठक दौरान मेले दिए तैयारी की समीक्षा की उने आख्या झिड़ी का मेला ना छा मकामी रई ब महत्वपूर्ण है सगुआ जम्मू की सांस्कृतिक विरासत की दर्शाने का भी एक बड़ा मौका है उने मेले दौरान खास करी की आधुनिक तकनीकें नमें भीए तैलें बारे जानकारी देने की दे जरूरत तो पर जोर पाया ਦੂਰਦਰਸ਼ਨ ਸਮਾਚਾਰ ਅੱਜ ਆਪਣਾ 21ਵਾਂ ਸਥਾਪਨਾ ਦਿਵਸ ਮਨਾ ਕਰਦਾ ਹੈ ਪਿਛਲੇ ਤਕਰੀਬਨ ਦੋ ਦਾ ਕਿਥਾਵਾਂ ਡੀਡੀ ਨਿਊਜ਼ ਪ੍ਰਮਾਣਿਕਤਾ ਪ੍ਰਮਾਣਿਕਤਾ ਤੇ ਵਿਸ਼ਵਾਸ ਦਾ ਪ੍ਰਤੀਕ ਬਣਦਾ ਹੈ ਨਵੰਬਰ 3 2023 ਦੀ ਇਹਦੀ ਸ਼ੁਰੂਆਤ ਕਰਨਾ ਪ੍ਰਸਾਰਣ ਦੇ ਖੇਤਰ ਚ ਇੱਕ ਨਵਾਂ ਤਿਆ ਆਰੰਭ ਹੋਆ ਹਾ ਰੁਦਰ ਪ੍ਰਯਾਗ ਜ਼ਿਲ੍ਹੇ 'ਚ ਸਥਿਤ ਕੇਦਾਰਨਾਥ ਧਾਮ ਦੇ ਕਪਾੜ ਅੱਜ ਸਿਆਲਾਂ ਦੇ ਮੌਸਮ ਤਾਈਂ ਬੰਦ ਹੋਈ ਗਏ। ਇਸ ਮੌਕੇ ਪਰ ਮੰਦਰ ਹੈ ਕਿ 10 ਕੁਇੰਟਲ ਰੰਗ ਬਰੰਗੇ ਫੁੱਲੇ ਕੰਨ ਸਜਾਇਆ ਗਿਆ ਹੈ। ਕਪਾੜ ਬੰਦ ਹੁੰਦੇ ਗਏ ਅਜ਼ਾਰ ਆਸ਼ਰਦਾ ਲੂ ਬਾਬਾ ਕੇਦਾਰਨਾਥ ਜੀ ਦੀ ਪਵਿੱਤਰ ਮੂਰਤੀ ਕੰਨ ਹੈ। ਉਖੀ ਮੱਠ ਥਾਰ ਹੈ ਉਹਦੇ ਸਿਆਲਾਂ ਦੇ ਨਿਵਾਸ ਥਾਨ ਓਮਕਾਰੇਸ਼ਵਰ ਮੰਦਰ ਤਾਈਂ ਰਵਾਨਾ ਹੋਈ ਗਈ। ਤਵਾਈਂ ਜਮਨੋਤਰੀ ਧਾਮ ਦੇ ਕਪਾੜ ਵੀ ਅੱਜ ਬੰਦ ਹੋਈ ਗਏ। ਜਲ ਸ਼ਕਤੀ ਮੰਤਰੀ ਮਹੱਤ ਪ੍ਰੇ ਮੰਤਰੀ ਜਾਵੀਦ ਅਮਨ ਰਾਣਾ ਹੋਰੇ ਕੱਲ ਸੀਤਰੀ ਫਿਲਟਰੇਸ਼ਨ ਪਲਾਨ ਦਾ ਦੌਰਾ ਲਾਇਆ ਤੇ ਜੰਮੂ ਸ਼ਹਿਰ ਹੈ ਕੀ ਪੀਣੇ ਵਾਲਾ ਪਾਣੀ ਸਪਲਾਈ ਕਰਨ ਵਾਲੇ ਇਸਮਤ ਵਾਲੇ ਪ੍ਰਤੀਸਥਾਨ ਦਾ ਮੌਇਨਾ ਕੀਤਾ ਮੰਤਰੀ ਨੇ ਪਾਣੀ ਦੀ ਸਹੂਲਤ ਤੇ ਜੰਮੂ ਸ਼ਹਿਰ ਹੈ ਕੀ ਪਾਣੀ ਦੀ ਦਸਤਾਬੀ ਦਾ ਜਾਇਜ਼ਾ ਲਤਾ ਉਹਨੇ ਲੋਕਾਂ ਕੀ ਸੁਰੱਖਿਤ ਪੀਣੇ ਵਾਲਾ ਪਾਣੀ ਉਪਲਬਧ ਕਰਾਉਣੇ ਹਦਾ ਹੈ ਜਲ ਸਰੋਤਾਂ ਦੀ ਬਕਾਇਦਾ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਮੰਤਰੀ ਨੇ ਕ੍ਰਿਆਨੀ ਤਲਾਹ ਤੇ ਟਿਊਬਵਲ ਤੇ ਨਰਵਾਲ ਦੇ ਓਵਰਹੈੱਡ ਟੈਂਕ ਦਾ ਵੀ ਮੁੱਦਾ ਕੀਤਾ। ਉਹਨੇ ਮੁਕਾਮੀ ਲੋਕਾਂ ਨਾਲ ਗੱਲਬਾਤ ਕਰੀ ਹੈ। ਉਹਦੇ ਇਲਾਕੇ 'ਚ ਪਾਣੀ ਸਪਲਾਈ ਦੀ ਸਥਿਤੀ ਦਾ ਮੌਕੇ 'ਤੇ ਪਰਖਿਆ ਜਾਇਜ਼ ਲਤਾ। ਸਰਕਾਰ ਨੇ ਅੱਜ ਦੱਸਿਆ ਜੇ ਅਜੇ ਤੋੜੀ ਮੰਡੀਆਂ 'ਚ 90 ਲੱਖ ਟਨ ਥਾਵਾਂ ਮਤੀ ਮੂੰਗੀ ਪੁੱਜੀ ਗਈ ਹੈ। ਇਹਦੇ 'ਚਾ ਤਕਰੀਬਨ 85 ਲੱਖ ਟਨ ਮੂੰਗੀ ਦੀ ਖੁਸ਼ਕਰੀਦ ਪੰਜਾਬ 'ਚ ਰਾਜ ਏਜੰਸੀਆਂ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਪਾਸਾ ਕੀਤੀ ਗਈ ਹੈ। ਉਪਭੋਗਤਾ ਮੰਤਰੀ ਖੁਰਾਕ ਤੇ ਸਰਜਨਿਕ ਵੰਡ ਦੇ ਮੰਤralਏ ਨੇ ਦੱਸਿਆ ਹੈ ਜੇ ਮੁੰਗੀ 2320 ਰੁਪਏ ਪ੍ਰਤੀ ਕਿੰਟਲ ਕਟੋਕਟ ਸਮਰਥਨ ਮੁੱਲ ਦਾ ਸਾਬਕਾ ਖਰੀਦੀ ਜਾ ਕਰਦੀ ਹੈ ਇਹ ਮੁੱਲ ਇਹ ਗ੍ਰੇਡ ਮੁੰਜੀ ਤਾਂ ਸਰਕਾਰ ਦੇ ਫੈਸਲੇ ਮੁਜਬ ਤੈਅ ਕੀਤਾ ਗਿਆ ਹੈ ਸਰਕਾਰ ਪਾਸਿਆ ਇਸ ਸੋਹਣੀ ਮੌਸਮ ਦੌਰਾਨ ਅਜੇ ਤੋੜੀ 19800 ਕਰੋੜ ਰੁਪਏ ਦੀ ਮੁੰਜੀ ਖਰੀਦੀ ਗਈ ਹੈ ਜਿਦੇ ਕਨੇ ਤਕਰੀਬਨ 4 ਲੱਖ ਕਿਸਾਨੀ ਨੂੰ ਫਾਇਦਾ ਆਸਲ ਹੋਇਆ ਹੈ ਕ੍ਰਿਕਟ ਸੇ ਅੱਜ ਨਿਊਜ਼ੀਲੈਂਡ ਨੇ ਮੁੰਬਈ ਟੈਸਟ 'ਚ ਭਾਰਤ ਦੀ 5 ਜੀ ਰਨ ਕਹਨੇ ਅਰਾਹੀ ਹੈ ਸ਼੍ਰੇਂਖਲਾ 3-0 ਕਰਨੇ ਆਪਣੇ ਨਾਂ ਕਰ ਲੈਤੀ ਮੁੰਬਈ ਦੇ ਵਾਨਖੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ 147 ਰਨਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਟੀਮ ਛੜੇ 121 ਰਨ ਬੜਾਈ ਹੈ ਆਊਟ ਹੋ ਗਈ 955 ਦੇ ਮਗਰਾਂ ਨਿਊਜ਼ੀਲੈਂਡ ਦੀ ਭਾਰਤ 'ਚ ਇਹ ਪਹਿਲੀ ਟੈਸਟ ਸ਼੍ਰੇਂਖਲਾ ਦੀ ਜਿੱਤ ਹੈ ਤਾਂ ਇਹ ਭਾਰਤ ਨੇ ਪਿਛਲੇ 12 ਸਾਲਾਂ 'ਚ ਪਹਿਲੀ ਵਾਰੀ ਕੋਈ ਕਰੇਲੂ ਟੈਸਟ ਸ਼੍ਰੇਂਖਲਾ ਆ ਰਹੀ ਹੈ तु खबर का बुलेटिन सी यू ट्यूब चैनल डब्ल्यू 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 यू ट्यूब डॉट कॉम स्लैश डीडी न्यूज जम्मू पर देखी हो ए अला हूं तुम सैनल यूट्यूब के क्यूआर कोड की स्कैन करी भी देखी सापमान मौसम विभाग की सचना मुजब जमू पिछले चौबी घंटे दौरान बद्ोब्द्ध तापमान त्री शारिया सत डिग्री सेल्सियस जेल कि घटो घट तापमान सोलह शारिया पंज डिग्री सेल्सियस दर्ज किया गया है नमस्कार